ਸਤਿਕਾਰ ਜੀ, ਕਲੀਅਰ ਕਲੌਥ ਹਾਊਸ ਚੈਨਲ ਦੇਖਦੇ ਸਾਰੇ ਭੈਣ ਭਰਾਵਾਂ ਦਾ ਤੁਹਾਡੇ ਆਪਣੇ ਚੈਨਲ ਕਲੀਅਰ ਕਲੌਥ ਹਾਊਸ ਪਟਿਆਲਾ ਤੇ ਬਹੁਤ ਬਹੁਤ ਸਵਾਗਤ ਹੈ ਜੀ। ਵੀਡੀਓਜ਼ ਨੂੰ ਪਿਆਰ ਦੇਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਤੇ ਜੇ ਸਾਡਾ ਚੈਨਲ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤੇ ਫਿਰ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ, ਕਿਉਂਕਿ ਅਸੀਂ ਬਹੁਤ ਹੀ ਜੈਨੂਅਨ ਪ੍ਰਾਈਸ ਤੇ ਤੁਹਾਡੇ ਲਈ ਬਹੁਤ ਸੋਹਣੀ ਸੋਹਣੀ ਆਈਟਮਾਂ ਡੇਲੀ ਇੰਡੀਆ ਟਾਈਮ ਦੇ ਦੁਪਹਿਰ ਨੂੰ 12:05 ਤੇ ਲੈ ਕੇ ਆਉਂਦੇ ਹਾਂ। ਤੇ ਸੂਟ ਘਰੇ ਮੰਗਵਾਉਣ ਵਾਸਤੇ ਜਿਹੜਾ ਨੰਬਰ ਤੁਹਾਨੂੰ ਚਾਹੀਦਾ ਹੈ ਉਹ ਸਾਡਾ ਸਕਰੀਨ 'ਤੇ ਚੱਲ ਰਿਹਾ, ਉਹ ਸਾਡਾ ਵਟਸਐਪ ਨੰਬਰ ਹੈ, ਉਸ ਸਕਰੀਨਸ਼ਾਟ ਲੈ ਕੇ ਭੇਜਣਾ ਹੈ। ਅਤੇ ਅਵੇਲੇਬਿਲਟੀ ਪਤਾ ਲੱਗਣ 'ਤੇ ਸੂਟ ਕੈਸ਼ ਔਨ ਡਿਲੀਵਰੀ ਨੂੰ ਛੱਡ ਕੇ ਹੋਰ ਕਿਸੇ ਵੀ ਮੈਥਡ ਦੇ ਨਾਲ ਪੇ ਕਰਕੇ ਐਡਰੈਸ ਭੇਜ ਕੇ ਮੰਗਵਾਉਣਾ ਹੈ, ਠੀਕ ਹੈ ਜੀ। ਐਡਰੈਸ ਚਾਹੇ ਪਿੰਡ ਦਾ ਭੇਜੋ ਚਾਹੇ ਸ਼ਹਿਰ ਦਾ, ਪੂਰੇ ਇੰਡੀਆ 'ਚ ਸਾਡੀ ਸ਼ਿਪਿੰਗ ਫਰੀ ਹੈ, ਠੀਕ ਹੈ ਜੀ। ਅਤੇ ਬਾਕੀ ਰਹੀ ਗੱਲ, ਜੇ ਤੁਸੀਂ ਸ਼ੋਪ 'ਤੇ ਆਉਣਾ ਤਾਂ ਫਿਰ ਤੁਸੀਂ ਐਡਰੈਸ ਨੋਟ ਕਰ ਲਓ, ਕਲੀਅਰ ਕਲੌਥ ਹਾਊਸ, ਜੌੜੀਆਂ ਸੜਕਾਂ, ਨੇੜੇ ਢਿੱਲੋਂ ਫਨਵਰਡ, ਚੀਕੇ ਵਾਲਾ ਮੋੜ, ਪਟਿਆਲਾ। ਆਉਣ ਤੋਂ ਪਹਿਲਾਂ ਇੱਕ ਫੋਨ ਕਰ ਲਿਓ, ਨਾਲੇ ਤਾਂ ਅਸੀਂ ਤੁਹਾਨੂੰ ਲੋਕੇਸ਼ਨ ਦੇ ਦਾਂਗੇ, ਨਾਲੇ ਤੁਹਾਨੂੰ ਪਤਾ ਲੱਗ ਜਾਊ ਕਿ ਅਸੀਂ ਹੈਗੇ ਹਾਂ, ਕਿਉਂਕਿ ਕਈ ਵਾਰੀ ਕਿਸੇ ਕੰਮ ਧੰਦੇ ਕਰਕੇ ਅੱਗੇ ਪਿੱਛੇ ਆਫ ਕਰਨਾ ਪੈ ਜਾਂਦਾ। ਵੈਸੇ ਵੀ ਸਾਡਾ ਟਾਈਮ 10:00 to 5:00 ਹੈ ਅਤੇ ਸੰਡੇ ਸਾਡਾ ਆਫ ਹੁੰਦਾ ਹੈ, ਠੀਕ ਹੈ ਜੀ। ਅਤੇ ਤੁਹਾਨੂੰ ਜਿਹੜੇ ਪੁਰਾਣੇ ਵਿਊਅਰ ਹੈ ਸਾਡੇ, ਉਹਨਾਂ ਨੂੰ ਸਭ ਨੂੰ ਪਤਾ ਹੈ ਕਿ ਅਸੀਂ ਸਿਰਫ ਬ੍ਰਾਂਡਡ ਆਈਟਮਾਂ ਨਾਲ ਹੀ ਡੀਲ ਕਰਦੇ ਹਾਂ, ਨੋਨ ਬ੍ਰਾਂਡਡ ਆਈਟਮਾਂ ਆਪਣੇ ਕੋਲ ਨਾ ਮਾਤਰ ਹੁੰਦੀਆਂ। ਅਤੇ ਅੱਜ ਆਪਾਂ ਤੁਹਾਨੂੰ ਰਾਮਟੈਕਸ ਦੇ ਸੂਟ ਦਿਖਾਉਣੇ ਆ। ਰਾਮਟੈਕਸ ਨਾਲ ਅਸੀਂ ਖਾਸ ਤੌਰ 'ਤੇ ਡੀਲ ਕਰਦੇ ਹਾਂ ਅਤੇ ਰਾਮਟੈਕਸ ਦੀ ਬਹੁਤ ਸੋਹਣੀਆਂ ਸੋਹਣੀਆਂ ਆਈਟਮਾਂ ਦਿਖਾਉਣੀ ਹੈ, ਇੱਕ ਤੋਂ ਇੱਕ ਸੂਟ, ਚੜ੍ਹਦੇ ਤੋਂ ਚੜ੍ਹਦਾ ਸੂਟ ਹੈ। ਲਓ ਜੀ, ਕਰਦੇ ਹਾਂ ਸ਼ੁਰੂ, ਠੀਕ ਹੈ। ਗਲੇਸ ਕਾਟਨ ਹੈ ਰਾਮਟੈਕਸ ਦੀ, ਅਤੇ ਉਹਦੇ ਉੱਤੇ ਜਿੰਨਾ ਵੀ ਤੁਹਾਨੂੰ ਦਿਖ ਰਿਹਾ ਸਾਰਾ ਵਰਕ ਹੈ। ਆਹ ਗਲੇ ਦੇ ਉੱਤੇ ਵਰਕ ਹੋਇਆ ਹੋਇਆ ਸਾਰਾ ਸਿੰਗਲ ਥਰੈਡ ਦਾ, ਅਤੇ ਕਰੋਸ ਸਟਿਚ ਟਾਈਪ ਹਾਂ ਵਰਕ ਹੋਇਆ ਹੋਇਆ ਸਾਰਾ ਗਲੇ ਦੇ ਉੱਤੇ। ਫੇਰ ਆ ਤੁਹਾਨੂੰ ਫੁੱਲ ਮਿਲਣਗੇ ਦੋ, ਫਿਰ ਇੱਕ ਫੇਰ ਆ ਗਿਆ, ਫਿਰ ਘੇਰਾ ਆ ਗਿਆ, ਠੀਕ ਹੈ। ਮਤਲਬ ਸਾਰਾ ਸੂਟ ਥੋੜ੍ਹਾ ਭਰਿਆ ਹੋਇਆ, ਅਤੇ ਆਹ ਵਿੱਚ ਇਹਦੇ ਸੈਲਫ ਜਿਹੀਆਂ ਲਾਈਨਾਂ ਜਿਹੀਆਂ ਦਾ ਪ੍ਰਿੰਟ ਬਣਿਆ ਹੋਇਆ, ਠੀਕ ਹੈ। ਅਤੇ ਫਿਰ ਲੇਸਿੰਗ ਇਨਸਰਟ ਕਰਕੇ ਉਹਦਾ ਵੀ ਡਿਜ਼ਾਇਨਿੰਗ ਦਿੱਤੀ ਹੈ, ਅਤੇ ਘੇਰਾ ਤੁਹਾਨੂੰ ਮਿਲ ਰਿਹਾ ਹੈ ਹਾਂ 26 ਇੰਚ ਤੱਕ ਤੁਹਾਨੂੰ ਵਰਕ ਮਿਲੂਗਾ ਐਂਡ ਟੂ ਐਂਡ, ਠੀਕ ਹੈ। ਅਤੇ ਰਨਿੰਗ ਦੇ ਵਿੱਚ ਸੂਟ ਮਿਲੂਗਾ 5 ਮੀਟਰ ਦਾ, ਨਾ ਸੋਰੀ 3 ਮੀਟਰ ਦੀ ਤੁਹਾਨੂੰ, ਬਸ ਉਹਦੇ 'ਚ ਸੈਲਫ ਹੈ, ਹੋਰ ਕੋਈ ਫਰਕ ਨਹੀਂ ਗਾ, ਇੰਨਾ ਕੀ ਫਰਕ ਹੈ ਵੀ ਸਲਵਾਰ ਦੇ ਵਿੱਚ ਸੈਲਫ ਜੀ ਹੈ ਨਹੀਂ, ਜਿਹੜੀ ਲਾਈਨਾਂ ਜੀ ਨਹੀਂ ਹੈਗੀਆਂ, ਲਾਈਨਾਂ ਜੀ ਹੈ ਨਹੀਂ। 3 ਮੀਟਰ ਤੁਹਾਨੂੰ ਬੋਟਮ ਮਿਲੂਗੀ ਅਤੇ 2.5 ਮੀਟਰ ਮਿਲੂਗਾ ਸ਼ਰਟ ਪੀਸ, ਠੀਕ ਹੈ ਜੀ। ਪੂਰਾ ਸੂਟ ਤੁਹਾਡਾ ਵਰਕ ਨਾਲ ਭਰਿਆ ਹੋਇਆ, ਏ ਕਲਾਸ, ਆਹ ਵੀ ਸਾਰਾ ਵਰਕ ਹੀ, ਕਿਤੇ ਵੀ ਪ੍ਰਿੰਟ ਨਹੀਂ ਹੈਗਾ, ਬਸ ਸਾਰਾ ਵਰਕ ਹੀ ਹੈ ਜਿਵੇਂ ਤੁਹਾਨੂੰ ਦਿਖ ਰਿਹਾ। ਅਤੇ ਨਾਲ ਤੁਹਾਨੂੰ ਇਹਦੇ ਮਿਲੂਗਾ ਫੁੱਲ ਪਿਓਰ ਦਾ ਦੁਪੱਟਾ। ਲਓ ਜੀ, ਦੁਪੱਟਾ ਦੇਖੋ ਕਿਵੇਂ ਲਸ਼ ਲਸ਼ ਕਰਦਾ ਦੁਪੱਟਾ, ਅਤੇ ਉਹ ਵੀ ਇੰਨਾ ਪੜ੍ਹਿਆ ਲਿਖਿਆ, ਠੀਕ ਹੈ। ਦੇਖੋ ਖੂਬਸੂਰਤ ਦੁਪੱਟਾ 2.5 ਮੀਟਰ ਦਾ, ਦੇਖੋ ਡਾਈ, ਦੇਖੋ ਦੁਪੱਟੇ ਦੀ ਕਿੰਨੀ ਪਿਆਰੀ ਲਾਈਨਿੰਗ ਪ੍ਰਿੰਟਿੰਗ, ਅਤੇ ਨਾਲ ਤੁਹਾਨੂੰ ਕੋਟਨ ਲੇਸ ਲਗਾ ਕੇ ਫਾਈਨਲ ਕੀਤਾ ਵਿਆ ਮਿਲੂਗਾ। ਅਤੇ ਪ੍ਰਾਈਸ ਮਿਲੂ ਇਹਦਾ ਸਿਰਫ ਤੁਹਾਨੂੰ 2270 ਦੇ ਵਿੱਚ ਸੂਟ ਤੁਹਾਡੇ ਘਰ ਪਹੁੰਚਣੇ, ਠੀਕ ਹੈ ਜੀ। ਹੁਣ ਤੁਹਾਨੂੰ ਮੈਂ ਇਹਦੇ ਕਲਰ ਦਿਖਾਉਣੀ ਹੈ। ਜੇ ਤੁਸੀਂ ਸਾਡਾ ਚੈਨਲ ਅੱਜ ਪਹਿਲੀ ਵਾਰੀ ਵੀ ਦੇਖ ਰਹੇ ਹੋ ਤਾਂ ਬਿਨਾਂ ਕਿਸੇ ਝਿਜਕ ਤੋਂ, ਬਿਨਾਂ ਕਿਸੇ ਵਹਿਮ ਤੋਂ ਸਾਡੇ 'ਤੇ ਯਕੀਨ ਕਰ ਲਿਓ, ਜੋ ਅਸੀਂ ਤੁਹਾਨੂੰ ਦਿਖਾਵਾਂਗੇ, ਜੋ ਐਕਸਪਲੇਨ ਕਰਾਂਗੇ, ਉਹੀ ਆਈਟਮ ਤੁਹਾਡੇ ਕੋਲ ਆਊਗੀ। ਲਓ ਜੀ, ਅਗਲਾ ਕਲਰ ਦੇਖ ਲਓ, ਕਿਹੜਾ ਕਲਰ ਕਹਾਂਗੇ ਆਪਾਂ, ਡਸਟੀ ਫਿਰੋਜੀ ਫੈਮਿਲੀ ਜੀ, ਹਲਕੀ ਜੀ, ਹੈ ਨਾ, ਹਾਂ ਇੰਗਲਿਸ਼ ਅਤੇ ਫਿਰੋਜੀ ਦਾ ਮਿਕਸ ਜਿਹਾ ਹੈ। ਅਤੇ ਉਹਦੇ ਉੱਪਰ ਖੂਬਸੂਰਤ ਵਰਕ, ਸੂਟ ਸਾਰਾ ਭਰਿਆ ਪਿਆ ਵਰਕ ਨਾਲ, ਠੀਕ ਹੈ। ਗਲੇ ਤੋਂ ਲੈ ਕੇ ਘੇਰੇ ਤੱਕ ਸਾਰਾ ਤੁਹਾਡਾ ਸੂਟ ਪੂਰਾ ਭਰਿਆ ਹੋਇਆ। ਅਤੇ ਇਹਦੀ ਜਿਹੜੀ ਹੈ ਪ੍ਰਿੰਟਿੰਗ ਹੈ ਉਹ ਵੀ ਬਹੁਤ ਪੜ੍ਹੀ ਲਿਖੀ ਹੈ, ਸਾਡੀ ਪੜ੍ਹੇ ਲਿਖੇ ਸੂਟ ਹੀ ਦਿੰਦੇ ਹਾਂ ਅਸੀਂ ਤੁਹਾਨੂੰ, ਤੁਹਾਨੂੰ ਪਤਾ ਹੀ ਹੈ, ਠੀਕ ਹੈ। ਦੇਖੋ ਬਹੁਤ ਖੂਬਸੂਰਤ, ਅਤੇ ਲੈਂਥ ਮੈਂ ਤੁਹਾਨੂੰ ਤਾਂ ਨਹੀਂ ਦੱਸੀ ਕਿਉਂਕਿ ਗਲੇ ਵਾਲੀ ਪੱਟੀ ਬਹੁਤ ਲੰਬੀ ਹੈ, ਠੀਕ ਹੈ। ਅਤੇ ਨਾਲ ਤੁਹਾਨੂੰ ਇਹ ਦੁਪੱਟਾ, ਪ੍ਰਾਈਸ ਮਿਲੂਗਾ 2270 2270 'ਚ ਵਿਦਆਊਟ ਲਾਈਨਿੰਗ ਸੂਟ ਬਣੂਗਾ, ਬਿਲਕੁਲ ਏ ਕਲਾਸ ਫੈਬਰਿਕ ਆਊਗਾ ਤੁਹਾਡੇ ਕੋਲ, ਗਲੇਸ ਕਾਟਨ ਬਾਏ ਰਾਮਟੈਕਸ, ਠੀਕ ਹੈ ਜੀ। ਲੋ
ਲਓ ਜੀ ਅਗਲਾ ਕਲਰ ਦੇਖੋ ਮੂਵ, ਠੀਕ ਹੈ ਮੂਵ ਜਿਹਾ ਡਸਟੀ ਮੂਵ ਜਿਹਾ ਕਲਰ ਹੈ, ਬਹੁਤ ਖੂਬਸੂਰਤ ਆਈਟਮ ਹੈ ਬਹੁਤ ਏ ਕਲਾਸ, ਇਹਨਾਂ ਦਾ ਉਹੀ ਲੈਵਲ ਹੈ ਜਿਹੜਾ ਮੈਂ ਤੁਹਾਨੂੰ ਕਹਿੰਦੀ ਹੁੰਦੀ ਹਾਂ ਕੁੜਮਾਚਾਰੀ ਲੈਵਲ ਹੈ, ਜਦੋਂ ਅਸੀਂ ਤੁਹਾਨੂੰ ਕਹਿ ਦਈਏ ਨਾ ਕੁੜਮਾਚਾਰੀ ਲੈਵਲ ਹੈ ਤਾਂ ਮਤਲਬ ਪੂਰਾ ਚੱਕਵਾਂ ਲੈਵਲ ਹੈ ਸੂਟ ਦਾ, ਲਓ ਠੀਕ ਹੈ ਦੇਖੋ ਜੀ ਕਿੰਨੀ ਖੂਬਸੂਰਤ ਪੜ੍ਹੀ ਲਿਖੀ ਡਿਜ਼ਾਇਨਿੰਗ ਕੀਤੀ ਹੋਈ ਹੈ ਇਹਦੇ ਉੱਤੇ ਸੂਟ ਦੇ, ਅਤੇ ਆਹ ਤੁਹਾਨੂੰ ਮਿਲਣਾ ਹੈ ਦੁਪੱਟਾ, ਪ੍ਰਾਈਸ ਮਿਲਣਾ ਹੈ 2270, ਜਸਟ ਪਿੱਕ ਸੂਟ ਹੈ, ਜੇ ਥੋੜ੍ਹਾ ਜਿਹਾ ਵੀ ਸੋਚ ਰਹੇ ਹੋ ਨਾ ਸੂਟ ਲੈਣ ਨੂੰ ਅਤੇ ਮੈਨੂੰ ਟੇਕ ਹੀ ਲਾਇਓ ਕਿਉਂਕਿ ਸਟੋਕ ਲਿਮਿਟਡ ਹੈ, ਲਓ ਜੀ ਅਗਲਾ ਕਲਰ ਦੇਖ ਲਓ ਕਿਹੜਾ ਕਲਰ ਹੈ, ਹੁਣ ਇਹ ਉਸੀ ਜਿਹੀ ਟੋਨ ਹੈ ਸਰਦਾਰੀ ਟੱਚ ਆ ਸੂਟਾਂ ਦੇ ਵਿੱਚ, ਅਲੀਟ ਕਲਾਸ ਆਈਟਮ ਹੋਣੀ ਹੈ ਤੁਹਾਡੇ ਕੋਲ ਸਿਰਫ 2270 ਚ, ਜਿਹਦੇ ਤੇ ਤੁਸੀਂ ਕੋਈ ਹੋਰ ਐਕਸਟਰਾ ਖਰਚਾ ਨਹੀਂ ਕਰਨਾ, ਟੇਲਰ ਨੂੰ ਕੋਈ ਜ਼ਿਆਦਾ ਪੈਸੇ ਨਹੀਂ ਦੇਣੇ ਕਿਉਂਕਿ ਨਾ ਤਾਂ ਲਾਈਨਿੰਗ ਲੱਗਣੀ ਹੈ ਅਤੇ ਨਾ ਹੀ ਤੁਹਾਡੇ ਦੁਪੱਟੇ 'ਤੇ ਕੋਈ ਕੰਮ ਹੋਣ ਵਾਲਾ, ਸਾਰਾ ਕੁਛ ਰੈਡੀ ਹੈ, ਲਓ ਜੀ ਕਰੀਏ ਅਗਲੀ ਆਈਟਮ ਸ਼ੁਰੂ ਕਰਦੇ ਹਾਂ, ਲਓ ਜੀ ਇਹ ਤੁਹਾਨੂੰ ਦੇ ਰਿਹਾ ਮਸਲੀਨ, ਰਾਮਟੈਕਸ ਦੀ ਮਸਲੀਨ ਹੈ, ਪਹਿਲਾਂ ਤਾਂ ਇਹਦੀ ਪ੍ਰਿੰਟਿੰਗ ਬਹੁਤ ਸੋਹਣੀ, ਇਹ ਸਾਡੇ ਨਾ ਅਸੀਂ ਪਹਿਲਾਂ ਕੋਟਨ ਦੇ ਉੱਤੇ ਪ੍ਰਿੰਟ ਵੇਚੀ ਆ ਅਤੇ ਸੁਪਰ ਹਿੱਟ ਗਏ ਸੀ, ਸਾਥੋਂ ਆਰਡਰ ਹੀ ਨਹੀਂ ਸੀ ਪੂਰੇ ਹੋਏ, ਰਾਮਟੈਕਸ ਕੋਲ ਵੀ ਜਿੰਨਾ ਸਟੋਕ ਸੀ ਸਾਰਾ ਵੇਚਦਾ ਸੀ ਅਸੀਂ, ਅਤੇ ਹੁਣ ਇਹ ਵਾਲਾ ਪ੍ਰਿੰਟ ਆ ਗਿਆ ਮਸਲੀਨ 'ਤੇ, ਅਤੇ ਫਿਰ ਇਹਦੀ ਡਿਜ਼ਾਇਨਿੰਗ ਦੇਖੋ, ਆਹ ਸਾਰੀ ਤੁਹਾਨੂੰ ਪਹਿਲਾਂ ਤਾਂ ਪੈਨਲ ਤਿਆਰ ਕੀਤੀ ਹੈ, ਲਾਈਨਿੰਗ ਇਹਨੂੰ ਵੀ ਸ਼ਰਟ ਨੂੰ ਲੱਗੂਗੀ, ਹਾਂ ਸ਼ਰਟ ਨੂੰ ਲੱਗੂਗੀ ਠੀਕ ਹੈ, ਅਤੇ ਆਹ ਇਹਦੇ ਤੁਹਾਨੂੰ ਮਿਲਣਾ ਹੈ ਦੋ ਪੈਨਲ ਦੇ ਕੇ, ਫਿਰ ਉਹਦੇ ਵਿੱਚ ਵਰਕ ਕੀਤਾ ਹੋਇਆ ਠੀਕ ਹੈ ਸਕਿਨ ਜੇ ਥਰੈਡ ਦੇ ਨਾਲ, ਪੂਰਾ ਲੰਬੇ ਦੋ ਪੈਨਲ ਅਤੇ ਫਿਰ ਨੀਚੇ ਆ ਗਿਆ ਹੈਵੀ ਘੇਰਾ, ਦੇਖੋ ਬਹੁਤ ਸਫਾਈ ਦੇ ਨਾਲ ਸਕਿਨ ਜੀ ਕਲਰ ਦਾ ਥਰੈਡ ਲਗਾ ਕੇ ਵਰਕ ਕੀਤਾ ਹੋਇਆ, 26 ਇੰਚ ਤੱਕ ਐਂਡ ਟੂ ਐਂਡ ਵਰਕ ਹੈ ਠੀਕ ਹੈ, ਲੈਂਥ ਦਾ ਕੋਈ ਇਸ਼ੂ ਹੋਣਾ ਨਹੀਂ ਕਿਉਂਕਿ ਹਾਫ ਹੁੰਦਾ ਢਾਈ ਮੀਟਰ ਦਾ, ਅਤੇ ਇਹਦੇ ਜਿੱਥੋਂ ਮਰਜ਼ੀ ਤੁਸੀਂ ਗਲਾ ਕੱਟ ਸਕਦੇ ਹੋ ਠੀਕ ਹੈ, ਅਤੇ ਖੂਬਸੂਰਤ ਪ੍ਰਿੰਟਿੰਗ ਦੇ ਨਾਲ ਕਿਹੜਾ ਕਲਰ ਕਹਾਂਗੇ ਆਪਾਂ, ਸੀ ਗ੍ਰੀਨ, ਸੀ ਗ੍ਰੀਨ, ਗ੍ਰੀਨਿਸ਼ ਸੀ ਗ੍ਰੀਨ ਜਿਹਾ ਕਲਰ, ਹਾਂਜੀ ਠੀਕ ਹੈ, ਅਤੇ ਬੈਕ 'ਤੇ ਸੇਮ ਪ੍ਰਿੰਟ ਹੈ, ਅਤੇ ਇਹਦੀ ਬੋਟਮ ਹੋਊਗੀ ਮਸਲੀਨ ਦੀ ਹੋਈ ਉਹ ਹੋਊਗੀ ਪਲੇਨ ਠੀਕ ਹੈ ਜੀ, ਅਤੇ ਬੈਕ ਫਰੰਟ ਪ੍ਰਿੰਟ ਮਿਲੂਗਾ, ਬਸ ਆਹ ਪੈਨਲ ਮੂਹਰੇ ਬਣੇ ਹੋਏ ਆ ਠੀਕ ਹੈ ਜੀ, ਬਹੁਤ ਏ ਕਲਾਸ ਲੁੱਕ ਆਉਣੀ ਹੈ ਸੂਟ ਦੀ ਬਹੁਤ ਏ ਕਲਾਸ, ਅਤੇ ਨਾਲ ਤੁਹਾਨੂੰ ਦੇਵਾਂਗੇ ਆਪਾਂ ਦੁਪੱਟੇ, ਉਹ ਇਸ ਤੋਂ ਵੀ ਸੋਹਣੇ ਹੈ ਮਸਲੀਨ ਦੇ, ਮਸਲੀਨ ਦਾ ਹੀ ਦੁਪੱਟਾ ਦੇਵਾਂਗੇ ਨਾਲ, ਦੇਖੋ ਪੂਰੇ ਐਨ ਲਸ਼ ਲਸ਼ ਕਰਦਾ ਫੈਬਰਿਕ ਆਉਣਾ ਤੁਹਾਡੇ ਕੋਲ, ਅਤੇ ਉਹਦੇ ਉੱਤੇ ਕੀਤਾ ਹੈਂਡ ਪੇਂਟ, ਅੱਜ ਕੱਲ੍ਹ ਹੈਂਡ ਪੇਂਟ ਫੈਸ਼ਨ 'ਚ ਹੈ, ਸੇਮ ਸਟਾਈਲ ਦੇ ਵਿੱਚ ਜਿਹੜਾ ਤੁਹਾਨੂੰ ਪ੍ਰਿੰਟ ਮਿਲ ਰਿਹਾ ਹੈ ਡਬਲ ਡਾਈ ਦਾ ਦੁਪੱਟਾ, ਅਤੇ ਉਹਦੇ ਉੱਤੇ ਹੈਂਡ ਪੇਂਟ ਦਾ ਸਟਾਈਲ ਦੇਖੋ, ਹੈ ਨਾ ਏ ਕਲਾਸ ਆਈਟਮ, ਜਸਟ ਪਿੱਕ ਸੂਟ ਹੈ ਜਸਟ ਪਿੱਕ, ਅਤੇ ਨਾਲ ਫਿਰ ਟੈਸਲਸ ਦੇ ਕੇ ਉਹਨੂੰ ਗਰਲਿਸ਼ ਲੁੱਕ ਦਿੱਤੀ ਹੈ ਸੂਟ ਦੁਪੱਟੇ ਨੂੰ, ਬਹੁਤ ਪਿਆਰਾ ਲੱਗ ਰਿਹਾ, ਟ੍ਰੈਂਡੀ ਜਿਹੀ ਚੀਜ਼ ਹੈ, ਤੁਸੀਂ ਲੇਸ ਲਵਾਉਣੀ ਹੋਵੇ ਤੁਹਾਡੀ ਇੱਛਾ ਹੈ, ਵੈਸੇ ਜਦੋਂ ਟੈਸਲਸ ਲੱਗ ਜਾਣ ਤਾਂ ਮੈਨੂੰ ਲੱਗਦਾ ਲੇਸ ਦੀ ਜ਼ਰੂਰਤ ਹੀ ਨਹੀਂ ਗੀ ਠੀਕ ਹੈ, ਅਤੇ ਤੁਸੀਂ ਲਵਾਉਣੀ ਹੋਵੇ ਤਾਂ ਲਵਾ ਸਕਦੇ ਹੋ ਤੁਹਾਡੀ ਮਰਜ਼ੀ ਹੈ, ਦੇਖੋ ਜੀ ਲੁੱਕ ਆਉਣੀ ਸੂਟ ਦੀ, ਜਿਹੜਾ ਥਰੈਡ ਲਗਾ ਕੇ ਇਹਦੇ 'ਤੇ ਵਰਕ ਹੋਇਆ ਉਹੀ ਥਰੈਡ ਲਗਾ ਕੇ ਉਹੀ ਟਾਈ ਡਾਈ ਕੀਤਾ ਦੋ ਕਲਰਸ ਦਾ ਠੀਕ ਹੈ, ਬਹੁਤ ਪਿਆਰੀ ਲੁੱਕ ਆਉਣ ਵਾਲੀ ਹੈ, ਬਹੁਤ ਪੜ੍ਹੇ ਲਿਖੇ ਦੁਪੱਟੇ, ਪੜ੍ਹੇ ਲਿਖੇ ਲਸ਼ ਲਸ਼ ਕਰਦੇ ਸੂਟ, ਅੱਜ ਸਾਰੀਆਂ ਬਾਉਂਡਰੀਜ਼ ਤੋੜ ਕੇ ਤੁਹਾਨੂੰ ਸੂਟ ਦਿਖਾਈ ਹੈ, ਅਸੀਂ ਪ੍ਰਾਈਸ ਨਹੀਂ ਦੱਸੀ, 2770 ਇਹਦਾ ਪ੍ਰਾਈਸ ਹੈ, ਇੰਨੇ ਖੂਬਸੂਰਤ ਸੂਟ ਦਾ ਵਿਧ ਦੁਪੱਟਾ 2770 'ਚ ਸੂਟ ਤੁਹਾਡੇ ਘਰ ਆਉਣਾ, ਅਗਲਾ ਕਲਰ ਦੇਖੋ ਜੀ, ਬਸ ਇਹਦਾ ਤੁਸੀਂ ਜਦੋਂ ਪਸੰਦ ਆ ਗਿਆ ਨਾਲ ਹੀ ਫਾਈਨਲ ਕਰਕੇ, ਤੁਸੀਂ ਨਾ ਜਿਹੜਾ ਸਾਨੂੰ ਮੈਸੇਜ ਪਾਉਣੀ ਹੁੰਦੀ ਹੈ ਪਲੀਜ਼ ਇੱਦਾਂ ਪਾਇਆ ਕਰੋ, ਜਦੋਂ ਤੁਹਾਡਾ ਮਨ ਹੋਵੇ ਵੀ ਲੈਣਾ ਹੀ ਹੈ ਨਾ, ਫਿਰ ਤੁਸੀਂ ਇਹ ਪਾਇਆ ਕਰੋ ਵੀ ਜੇ ਹੈ
ਤਾਂ ਬੁੱਕ ਕਰੋ ਮੈਂ ਪੇ ਕਰ ਦਿੰਦੀ ਹਾਂ। ਜਦੋਂ ਤੁਸੀਂ ਇਹ ਪਾ ਦਿੰਦੇ ਹੋ ਹੈਗਾ, ਫਿਰ ਅਸੀਂ ਕਹਿੰਦੇ ਹਾਂ, ਫਿਰ ਤੁਸੀਂ ਉਦੋਂ ਕੋਈ ਹੋਰ ਪੁੱਛ ਲੈਂਦਾ, ਉਹਦੀ ਪੇਮੈਂਟ ਆ ਜਾਂਦੀ ਹੈ, ਫਿਰ ਤੁਸੀਂ ਕਹਿ ਦਿੰਦੇ ਹੋ ਜੀ ਮੈਂ ਤਾਂ ਪਹਿਲਾਂ ਪੁੱਛਿਆ ਸੀ, ਤੁਹਾਨੂੰ ਪੁੱਛਣਾ ਨਹੀਂ, ਤੁਸੀਂ ਸਾਨੂੰ ਦੱਸਣਾ ਹੁੰਦਾ ਹੈ, ਸਾਨੂੰ ਪੁੱਛਿਆ ਨਾ ਕਰੋ। ਤੁਸੀਂ ਸਿਰਫ ਇਹ ਮੈਸੇਜ ਪਾਇਆ ਕਰੋ ਵੀ ਜੇ ਹੈਗਾ ਤਾਂ ਬੁੱਕ ਕਰੋ ਮੈਂ ਪੇ ਕਰ ਦਿੰਦੀ ਹਾਂ, ਠੀਕ ਹੈ। ਅਸੀਂ ਜਦੋਂ ਫਿਰ ਉਹਦੇ 'ਚ ਹਾਂ ਨਾ ਦੱਸਾਂਗੇ, ਤੁਸੀਂ ਨਾਲ ਦੀ ਨਾਲ ਫਿਰ ਆਪਣੀ, ਸਾਨੂੰ ਪਤਾ ਲੱਗ ਜਾਂਦਾ ਵੀ ਬੰਦੇ ਨੇ ਬੁਕਿੰਗ ਕਰਾਤੀ, ਠੀਕ ਹੈ, ਫਿਰ ਪੇਮੈਂਟ ਕਰਨੀ ਹੈ। ਲਓ ਜੀ ਕਲਰ ਕਾਹਦਾ ਹੈ, ਓ ਮਾਈ ਗੋਡ, ਪੈਰਟ, ਹਾਂਜੀ ਬਹੁਤ ਪਿਆਰਾ ਪੈਰਟ ਕਲਰ ਹੈ, ਅਤੇ ਉਹਦੇ ਉੱਤੇ ਬੋਲਡ ਪ੍ਰਿੰਟ, ਇਹ ਪ੍ਰਿੰਟ ਇਹਨਾਂ ਨੇ ਉਹਦੇ 'ਤੇ ਵੀ ਕੱਢਿਆ ਸੀ ਆਪਣੇ 'ਤੇ ਔਰਗੈਂਜ਼ਾ 'ਤੇ ਵੀ, ਉਹ ਵੀ ਬਹੁਤ ਹਿੱਟ ਰਿਹਾ ਸੀਗਾ, ਅਤੇ ਬਹੁਤ ਖੂਬਸੂਰਤ ਵਰਕ ਅਤੇ ਬਹੁਤ ਖੂਬਸੂਰਤ ਫੈਬਰਿਕ। ਤੁਸੀਂ ਫੈਬਰਿਕ ਦੀ ਤਾਂ ਚਿੰਤਾ ਕਰਨੀ ਕੋਈ ਨਹੀਂ, ਬਸ ਤੁਸੀਂ ਸਿਰਫ ਡਿਜ਼ਾਇਨ ਪਸੰਦ ਕਰਨਾ ਹੈ, ਫੈਬਰਿਕ ਦੀ ਤਾਂ ਚਿੰਤਾ ਤੁਸੀਂ ਸਾਡੇ 'ਤੇ ਛੱਡ ਦਿਓ। ਏ ਕਲਾਸ ਆਈਟਮ ਆਉਣੀ ਹੈ, ਅਤੇ ਆਹ ਤੁਹਾਨੂੰ ਮਿਲੂ ਇਹਦੇ ਨਾਲ ਦੁਪੱਟਾ ਹੈਂਡ ਪੇਂਟ ਦਾ ਸੇਮ, ਠੀਕ ਹੈ, ਅਤੇ ਆਹ ਡਬਲ ਡਾਈ, ਠੀਕ, ਬਹੁਤ ਹੀ ਕਲਾਸੀਕਲ ਚੀਜ਼ ਤਿਆਰ ਹੋਈ ਵੀ ਹੈ, ਸਿਰਫ 2770 'ਚ। ਲਓ ਜੀ ਕਲਰ ਇੱਕ ਤੋਂ ਇੱਕ, ਫਿਰ ਆ ਹੁਣ ਲਓ ਪੀਲਾ ਕਲਰ, ਦੇਖੋ ਫੈਬਰਿਕ ਪੂਰਾ ਐਨ ਲਸ਼ ਲਸ਼ ਕਰਦਾ ਫੈਬਰਿਕ ਆਊਗਾ ਤੁਹਾਡੇ ਕੋਲ, ਠੀਕ ਹੈ, ਅਤੇ ਆ ਲਓ ਲੁੱਕ ਦੇਖੋ ਸੂਟ ਦੀ, ਬਿਊਟੀਫੁਲ, ਜਸਟ ਬਿਊਟੀਫੁਲ ਆਈਟਮ ਹੈ, ਸੋਚਣ ਦੀ ਵੀ ਲੋੜ ਨਹੀਂ, ਇੰਨੀ ਸੋਹਣੀ ਚੀਜ਼ ਆਉਣੀ ਤੁਹਾਡੇ ਕੋਲ, ਏ ਕਲਾਸ, ਠੀਕ ਹੈ, ਅਤੇ ਨਾਲ ਮਿਲੂ ਤੁਹਾਨੂੰ ਇਹਦੇ ਇਹ ਦੁਪੱਟਾ, ਟ੍ਰੈਂਡੀ ਜਿਹਾ ਗਰਮੀਆਂ ਦੀ ਪਾਰਟੀ ਵੀਅਰ ਆਈਟਮ ਹੈ ਇਹ, ਅਤੇ ਪ੍ਰਾਈਸ ਮਿਲਣਾ ਤੁਹਾਨੂੰ ਸਿਰਫ 2770, ਠੀਕ ਹੈ ਜੀ। ਇੱਕ ਕਲਰ ਤੁਹਾਨੂੰ ਹੋਰ ਦਿੰਦੇ ਇਹਦੇ 'ਚ, ਲਓ ਤਰਬੂਜੀਆ ਪਿੰਕ, ਹਾਂਜੀ ਲਓ ਦੇਖੋ, ਲਓ ਆ ਲਓ, ਏ ਕਲਾਸ ਕੰਮ ਹੋਇਆ ਹੋਇਆ, ਬਹੁਤ ਸਰਦਾਰੀ ਲੁੱਕ ਦੇ ਵਿੱਚ, ਠੀਕ, ਅਤੇ ਪ੍ਰਾਈਸ ਮਿਲ ਰਿਹਾ ਤੁਹਾਨੂੰ ਸਿਰਫ 2770, 2770 'ਚ, ਸੋਚਣ ਦੀ ਵੀ ਜ਼ਰੂਰਤ ਨਹੀਂ, ਆਹ ਦਾ ਦੁਪੱਟਾ ਸੀ, ਠੀਕ ਹੈ। ਇੱਕ ਹੋਰ ਸਰਦਾਰੀ ਆਈਟਮ, ਅੱਜ ਸਾਰੀਆਂ ਆਈਟਮਾਂ ਚੁਣਵੀਆਂ ਸਿਰੇ ਦੀਆਂ ਦੇਣੀਆਂ ਤੁਹਾਨੂੰ, ਇੱਕ ਤੋਂ ਦੂਜੇ 'ਤੇ ਸ਼ਿਫਟ ਹੋਣ ਲੱਗੇ ਅੱਧਾ ਮਿੰਟ ਵੀ ਨਾ ਲਾਇਓ ਜੀ, ਇੱਕ ਨਾ ਮਿਲਿਆ, ਠੀਕ ਹੈ ਜੀ। ਲਓ ਇਹ ਵੀ ਤੁਹਾਨੂੰ ਮਿਲੂਗੀ ਜੀ ਗਲੇਸ, ਠੀਕ ਹੈ, ਆਰਟੈਕਸ ਦੀ ਗਲੇਸ ਹੈ, ਬਸ ਤੁਸੀਂ ਐਂ ਸਮਝੋ ਨਾਂ 'ਤੇ ਤਾਂ ਜਾਇਓ ਹੀ ਨਾ, ਤੁਸੀਂ ਸਾਡੇ 'ਤੇ ਯਕੀਨ ਕਰਨਾ, ਠੀਕ ਹੈ, ਵੀ ਨਾਮ 'ਤੇ ਨਹੀਂ ਜਾਣਾ ਵੀ ਆਰਟੈਕਸ ਜਾਂ ਰਾਮਟੈਕਸ ਹੈ। ਏ ਕਲਾਸ ਫੈਬਰਿਕ ਹੈ, ਅਤੇ ਪ੍ਰਿੰਟਿੰਗ ਦੇਖੋ, ਕੋਈ ਲਾਈਨਿੰਗ ਨਹੀਂ ਲੱਗਣੀ, ਕੋਈ ਸੀ ਥਰੂ ਨਹੀਂ ਹੈ, ਸਾਰਾ ਪ੍ਰਿੰਟਿੰਗ 'ਚ ਹੀ ਹੈ, ਪੈਨਲ ਵੀ ਪ੍ਰਿੰਟਿੰਗ 'ਚ ਬਣੇ ਹੋਏ ਹੈ, ਅਲੱਗ ਵਰਕ, ਹਾਂ ਅਲੱਗ ਬਿਲਕੁਲ ਆ ਰਿਹਾ ਜੀ, ਵਰਕ ਹੁੰਦਾ, ਅਤੇ ਵਰਕ ਤੁਹਾਨੂੰ ਇੱਥੇ ਦੇਵਾਂਗੇ ਭਰ ਕੇ ਪੂਰਾ, ਆਹ 3 ਫੁੱਲ ਬਣੇ ਹੋਏ ਹੈ, ਅਤੇ ਉਹਦੇ ਉੱਤੇ ਹੈਂਡ ਵਰਕ ਹੈ ਸਾਰਾ ਹੀ, ਦੇਖੋ ਤੁਸੀਂ ਐਨ ਗੱਡਵਾਂ ਹੈਂਡ ਵਰਕ ਹੋਇਆ ਹੋਇਆ, ਸਾਰਾ ਫੁੱਲ ਭਰ ਕੇ, 3 ਫੁੱਲਾਂ ਦੇ ਉੱਤੇ ਪੂਰਾ ਭਰਮਾ ਹੈਂਡ ਵਰਕ ਹੈ, ਅਤੇ ਲੇਸਿੰਗ ਦਾ ਡਿਜ਼ਾਇਨ ਕੀਤਾ ਹੋਇਆ, ਅਤੇ ਨਾਲ ਪਿੰਟੈਕਸ ਵੀ ਪਾਈ ਹੋਈ ਹੈ, ਠੀਕ ਹੈ, ਅਤੇ ਲੇਸ ਵੀ ਬਹੁਤ ਸੋਹਣੀ ਵਾਲੀ ਲਾਈ ਹੋਈ, ਚਾਲੂ ਜੀ ਨਹੀਂ, ਠੀਕ ਹੈ, ਅਤੇ ਨਾਲ ਤੁਹਾਨੂੰ ਪਲੇਨ ਮਿਲੂਗੀ ਇਹਦੇ, ਇਹ ਗਲੇਸ ਕੋਟਨ ਦੀ ਹੀ ਬੋਟਮ, ਬਿਲਕੁਲ ਲਾਈਨਿੰਗ ਲਾਉਣ ਦੀ ਲੋੜ ਨਹੀਂ, ਕੋਈ ਸੀ ਥਰੂ ਨਹੀਂ, ਪੂਰਾ ਐਨ ਸੋਲਿਡ ਫੈਬਰਿਕ ਆਊਗਾ ਤੁਹਾਡੇ ਕੋਲ, ਅਤੇ ਇਹਦਾ ਸੈਂਟਰ 'ਚ ਡਿਜ਼ਾਇਨ ਹੈ, ਹਾਂਜੀ, ਅਤੇ ਘੇਰਾ ਤੁਹਾਡਾ ਜਿੰਨਾ ਮਰਜ਼ੀ ਬਣਾ ਲਿਓ ਤੁਸੀਂ, ਬਾਕੀ ਤੁਹਾਡੀਆਂ ਬਾਹਾਂ ਬੈਕ ਸਾਈਡ ਤੋਂ ਨਿਕਲ ਆਉਣਗੀਆਂ, ਠੀਕ ਹੈ। ਲਓ ਜੀ, ਅਤੇ ਹੁਣ ਤੁਹਾਨੂੰ ਇਹਦਾ ਦੁਪੱਟਾ ਦਿਖਾਉਣੀ ਹੈ ਮੈਂ, ਚਨੌਨ ਦਾ ਦੁਪੱਟਾ, ਕੰਪਨੀ ਹੋਊਗਾ ਇਹਨੂੰ, ਲਓ ਜੀ ਸੇਮ ਪ੍ਰਿੰਟ ਦੇ ਵਿੱਚ ਦੁਪੱਟਾ ਦੇਖੋ ਤੁਸੀਂ, ਪੂਰਾ ਲਸ਼ ਲਸ਼ ਕਰਦਾ ਦੁਪੱਟਾ ਹੈ, 2.5 ਮੀਟਰ ਦਾ, ਆ ਲਓ ਪ੍ਰੈਜੈਂਟੇਬਲ ਚੀਜ਼ ਹੈ, ਜੇ ਤੁਸੀਂ ਕਿਸੇ ਨੂੰ ਗਿਫਟ ਵੀ ਕਰਦੇ ਹੋ, ਬਹੁਤ ਪਿਆਰੀ ਲੁੱਕ, ਅਤੇ ਕਲਰ ਹੈਗਾ ਇਹਦਾ ਮਿੱਠਾ ਮਹਿੰਦੀ ਜਿਹਾ, ਹਾਂਜੀ ਹੈ ਨਾ, ਮਿੱਠਾ ਮਹਿੰਦੀ ਜਿਹਾ ਕਲਰ ਹੈ, ਠੀਕ ਹੈ, ਅਤੇ ਆਹ ਤੁਹਾਨੂੰ ਲੁੱਕ ਆਉਣੀ ਹੈ ਸੂਟ ਦੀ, ਇਹਦਾ ਪ੍ਰਾਈਸ ਮਿਲਣਾ 2590 ਰੁਪਏ, 2590 'ਚ ਸੂਟ ਤੁਹਾਡੇ ਘਰ। ਲਓ ਜੀ ਅਗਲਾ ਗਲੇਸ ਦਾ ਸੂਟ ਦੇਖ ਲਓ,
ਸਾਰਾ ਹੈਂਡ ਵਰਕ ਦੀਆਂ ਆਈਟਮਾਂ ਤੇ ਡਿਫਰੈਂਟ ਹੀ ਪ੍ਰਿੰਟਿੰਗ ਹੋਈ ਹੈ ਇਹਨਾਂ ਦੇ ਉੱਤੇ। ਪ੍ਰਿੰਟਿੰਗ ਵੀ ਖੂਬਸੂਰਤ ਤੇ ਵਰਕ ਵੀ ਖੂਬਸੂਰਤ ਦੇਖੋ, ਤੇ ਨਾਲ ਫਿਰ ਆ ਕਸਰ ਵੀ ਕੱਢੀ ਹੋਈ ਹੈ ਡਿਜ਼ਾਈਨਿੰਗ ਦੀ, ਠੀਕ ਹੈ। ਤੇ ਤੁਹਾਨੂੰ ਜੇ ਬੈਕ ਸਾਈਡ ਤੋਂ ਦਿਖਾਉਣੀ ਆ, ਦੇਖੋ ਇੰਨਾ ਸਾਰਾ ਹੈ ਹੈਂਡ ਵਰਕ ਹੋਇਆ ਸਾਰਾ ਹੈਵੀ, ਠੀਕ ਹੈ। ਤੇ ਨਾਲ ਸਰਵੋਸਕੀ ਦੀ ਵੀ ਲਸ਼ ਲਸ਼ ਦਿੱਤੀ ਹੈ ਨਾਲ ਤੁਹਾਨੂੰ, ਤੇ ਨਾਲ ਇਹ ਦੁਪੱਟਾ ਚਨੌਨ ਦਾ। ਪ੍ਰਾਈਸ ਮਿਲੂਗਾ 25,90। ਲਓ ਜੀ ਅਗਲਾ ਦੇਖੋ, ਬਹੁਤ ਖੂਬਸੂਰਤ ਕਲਰ ਤੇ ਬਹੁਤ ਏ ਕਲਾਸ ਵਰਕ ਤੇ ਬਹੁਤ ਏ ਕਲਾਸ ਪ੍ਰਿੰਟ ਤੇ ਫੈਬਰਿਕ ਦੀ ਚਿੰਤਾ ਤੁਸੀਂ ਬਿਲਕੁਲ ਨਹੀਂ ਕਰਨੀ, ਏ ਕਲਾਸ ਹੀ ਆਊਗਾ ਤੁਹਾਡੇ ਕੋਲ। ਹਾਲੋ ਆਹ ਦੇਖੋ, ਲਸ਼ ਲਸ਼ ਕਰਦਾ ਗਲੇਸ ਵੀ, ਇੰਨਾ ਪਿਆਰਾ ਸੂਟ ਆਉਣਾ ਤੁਹਾਡੇ ਕੋਲ। ਤੇ ਆਹ ਤੁਹਾਨੂੰ ਮਿਲੂਗਾ ਇਹਦਾ ਦੁਪੱਟਾ, ਤੇ ਪ੍ਰਾਈਸ ਮਿਲੂਗਾ ਹਾਂ 2,590। ਲਓ ਜੀ ਇੱਕ ਤੁਹਾਨੂੰ ਹੁਣ ਹੋਰ ਖੂਬਸੂਰਤ ਆਈਟਮ ਦਿੰਦੀ ਹੈ। ਤੁਹਾਨੂੰ ਦੱਸਿਆ ਵੀ ਅੱਜ ਅਸੀਂ ਪੂਰੇ ਐਨ ਕੜਿੱਲ ਕਰ ਦੇਣੇ ਆ ਦਿਖਾ ਕੇ ਤੁਹਾਨੂੰ ਚੀਜ਼ਾਂ। ਇਹ ਵੀ ਹੈਗਾ ਗਲੇਸ ਦੇ, ਠੀਕ ਹੈ। ਇਹ ਰਾਮਟੈਕਸ ਦਾ ਪ੍ਰਿੰਟਿੰਗ ਬਹੁਤ ਸੋਹਣੀ ਹੈ ਇਹਦੀ, ਖੂਬਸੂਰਤ ਪ੍ਰਿੰਟਿੰਗ, ਠੀਕ ਹੈ। ਅਤੇ ਹੌਲੀ ਹੌਲੀ ਇਹਦੀ ਪ੍ਰਿੰਟਿੰਗ ਫਿੱਕੀ ਹੋ ਗਈ ਅਤੇ ਉੱਥੇ ਵਰਕ ਸ਼ੁਰੂ ਹੋ ਗਿਆ ਜਿੱਥੇ ਫਿੱਕੀ ਹੋਈ ਹੈ। ਇਹੀ ਵਾਲਾ ਡਿਜ਼ਾਇਨ, ਆਹੀ ਡਿਜ਼ਾਇਨ, ਆਹੀ ਵਾਲਾ ਫੁੱਲ ਇੱਥੇ ਬਣਿਆ ਹੋਇਆ, ਠੀਕ ਹੈ। ਅਤੇ ਬਹੁਤ ਸੋਹਣਾ ਸਿੰਗਲ ਥਰੈਡ ਦਾ ਵਰਕ ਹੋਇਆ ਵੇ ਸਕਿਨ ਜੀ ਕਲਰ ਦਾ, ਅਤੇ ਨਾਲ ਉਹਨੂੰ ਟੱਚ ਦਿੱਤੀ ਹੈ ਅਨੀਅਨ ਦੀ, ਹੈ ਨਾ, ਅਨੀਅਨ ਥਰੈਡ ਦੀ ਅਤੇ ਨਾਲ ਸਿੱਪੀ ਦੀ, ਠੀਕ ਹੈ। ਬਹੁਤ ਸੋਹਣਾ ਕੰਮ ਹੋਇਆ ਵਿਆ। 26 ਇੰਚ ਘੇਰਾ ਹੋਊਗਾ ਇਹਨਾਂ ਦਾ, 26 ਹੁੰਦਾ ਆਮ ਤੌਰ 'ਤੇ 26-28 ਦੇ ਵਿੱਚ, ਉਹੀ ਬਸ। ਅਤੇ ਨਾਲ ਤੁਹਾਨੂੰ ਇਹਦੇ ਮਿਲੂਗਾ ਬੋਟਮ ਮਿਲੂਗੀ ਤੁਹਾਨੂੰ ਪਲੇਨ, ਉਹ ਵੀ ਗਲੇਸ, ਉਹ ਵੀ ਗਲੇਸ। ਅਤੇ ਨਾਲ ਤੁਹਾਨੂੰ ਇਹਦੇ 'ਤੇ ਮਸਲੀਨ ਦਾ ਮਿਲੂਗਾ ਦੁਪੱਟਾ। ਲਓ ਜੀ ਦੁਪੱਟਾ ਦੇਖੋ, ਅਤੇ ਪ੍ਰੋਪਰ ਮਸਟਰਡ ਕਲਰ ਹੈ ਇਹ, ਠੀਕ ਹੈ। ਆਹ ਤੁਹਾਨੂੰ ਮਿਲੂਗਾ ਦੁਪੱਟਾ ਜਿਹਦੇ 4 ਸਾਈਡ 2 ਸਾਈਡ ਲੈਂਥ ਵਾਈਜ਼ ਤੁਹਾਨੂੰ ਇਹ ਵਰਕ ਮਿਲੂਗਾ, ਵਿੱਚ ਬੂਟੀਆਂ ਮਿਲਣਗੀਆਂ ਸਾਰੇ ਦੇ ਵਿੱਚ। ਅਤੇ ਇੱਧਰਲੇ ਪਾਸੇ ਤੁਹਾਨੂੰ ਇਸ ਤਰ੍ਹਾਂ ਸਕੈਲਪਿੰਗ ਮਿਲੂਗੀ, ਠੀਕ ਹੈ। ਪੂਰਾ ਹੈਵੀ ਵਰਕ ਹੋਇਆ ਵਾ ਦੁਪੱਟੇ 'ਤੇ ਵੀ, ਅਤੇ ਬਹੁਤ ਲੰਬਾ ਚੌੜਾ ਦੁਪੱਟਾ 2.5 ਮੀਟਰ ਦਾ। ਅਤੇ ਪ੍ਰਾਈਸ ਮਿਲਣਾ ਤੁਹਾਨੂੰ ਇਹਦਾ 2770 ਰੁਪਏ ਦੇ ਵਿੱਚ। ਰਾਮਟੈਕਸ ਬ੍ਰਾਂਡ ਦਾ ਸੂਟ ਤੁਹਾਡੇ ਘਰ ਪਹੁੰਚ ਜਾਣਾ, ਉਹ ਵੀ ਇੰਨਾ ਗ੍ਰੇਸਫੁੱਲ। ਇਹਦਾ ਸੈਕਿੰਡ ਕਲਰ ਦੇਖ ਲਓ, ਗ੍ਰੇ, ਖੂਬਸੂਰਤ ਗ੍ਰੇ ਕਲਰ, ਠੀਕ ਹੈ। ਹਾਂ, ਅਤੇ ਆਹ ਤੁਹਾਨੂੰ ਮਿਲੂ ਇਹਦਾ ਖੂਬਸੂਰਤ ਦੁਪੱਟਾ, ਠੀਕ ਹੈ। ਆਹ ਦੁਪੱਟਾ ਵਿੱਚ ਬੂਟੀਆਂ 4 ਸਾਈਡ ਵਰਕ, ਅਤੇ ਸ਼ਰਟ ਤੁਹਾਨੂੰ ਸੂਟ ਤੁਹਾਨੂੰ ਥੋੜ੍ਹਾ ਜਿਹਾ ਹੋਰ ਖੋਲ ਕੇ ਦਿਖਾ ਦਿੰਦੇ। ਆਹ ਲੁੱਕ ਪ੍ਰੋਪਰ ਗ੍ਰੇ ਕਲਰ ਹੈ, ਠੀਕ ਹੈ। ਜਿਹਨੂੰ ਮਰਜ਼ੀ ਗਿਫਟ ਕਰੋ, ਏ ਕਲਾਸ ਆਈਟਮ ਹੈ, ਬੰਦਾ ਐਨ ਬਾਬੋ ਬਾਗ ਹੋ ਜੂਗਾ। ਅਗਲਾ ਦਿੰਦੇ ਹਾਂ, ਲਓ ਜੀ ਮੋਡਾਲ। ਇਹ ਹੈਗਾ ਜੀ ਮੋਡਾਲ ਦੇ ਉੱਤੇ, ਰਾਮਟੈਕਸ ਦੀ ਮੋਡਾਲ ਹੈ, ਸ਼ੀਸ਼ੇ ਵਾਂਗੂ ਲਿਸ਼ਕਦਾ ਸੂਟ, ਠੀਕ ਹੈ। ਅਤੇ ਸਾਰੇ ਦੇ ਵਿੱਚ ਪ੍ਰੋਪਰ ਰਸਟ ਕਲਰ ਹੈ, ਹਾਂਜੀ ਨਾ, ਐਗਜੈਕਟਲੀ ਰਸਟ ਕਲਰ ਹੈ। ਅਤੇ ਸਾਰੇ ਦੇ ਵਿੱਚ ਬੂਟੀ ਵਰਕ ਪਲੱਸ ਇਹ ਪ੍ਰਿੰਟ, ਠੀਕ ਹੈ। ਸਾਰੀ ਸ਼ਰਟ ਦੇ ਉੱਤੇ ਬੂਟੀ ਵਰਕ ਮਿਲੂਗਾ ਤੁਹਾਨੂੰ। ਫਿਰ ਪ੍ਰਿੰਟ ਦੇ ਉੱਤੇ ਤੁਹਾਨੂੰ ਹੈਂਡ ਵਰਕ ਦਾ ਹਾਈਲਾਈਟ, ਨੋਟ ਵਰਕ ਅਤੇ ਸਿੱਪੀ ਵਰਕ ਹੋਇਆ ਵਿਆ ਬਹੁਤ ਸੋਹਣਾ। ਅਤੇ ਨੀਚੇ ਤੁਹਾਨੂੰ ਹੈਵੀ ਘੇਰਾ ਮਿਲ ਰਿਹਾ ਦੇਖੋ, ਜਿਹੜਾ ਕਿ 26 ਹੀ ਹੋਊਗਾ, 27 ਹੈ, ਠੀਕ ਹੈ। 27 ਤੱਕ ਤੁਹਾਡਾ ਘੇਰਾ ਰੈਡੀ ਹੋ ਜੂਗਾ। ਮੋਡਾਲ ਸਿਲਕ ਬਾਏ ਰਾਮਟੈਕਸ, ਅਤੇ ਆ ਇਹਦੀ ਸੇਮ ਫੈਬਰਿਕ ਦੀ ਸਲਵਾਰ, ਜਿਹੜਾ ਇਹਨਾਂ ਦਾ ਮੋਡਾਲ ਫੈਬਰਿਕ ਹੁੰਦਾ ਨਾ, ਬਿਲਕੁਲ ਇਹ ਕਰੇਪ ਦੀ ਕਾਪੀ ਹੁੰਦੀ ਹੈ, ਕਰੇਪ ਦੇ ਨੇੜੇ ਹੁੰਦਾ ਇਹ ਬਿਲਕੁਲ, ਠੀਕ ਹੈ। ਬਹੁਤ ਸੋਹਣਾ ਸੂਟ ਹੈ, ਅਤੇ ਬਣੂਗਾ ਲਾਈਨਿੰਗ ਲੱਗ ਕੇ, ਠੀਕ। ਲਾਈਟ ਵੇਟ ਫੈਬਰਿਕ ਹੈ ਤਾਂ ਲਾਈਨਿੰਗ ਲੱਗ ਕੇ ਬਣੂਗਾ। ਅਤੇ ਨਾਲ ਤੁਹਾਨੂੰ ਇਹਦੇ ਮੋਡਾਲ ਦਾ ਹੀ ਮਿਲੂਗਾ ਦੁਪੱਟਾ, ਲਓ ਆਹ ਤੁਹਾਨੂੰ ਮਿਲੂ ਖੂਬਸੂਰਤ ਪ੍ਰਿੰਟਿੰਗ ਵਾਲਾ ਦੁਪੱਟਾ, ਲਓ, ਠੀਕ ਹੈ। ਅਤੇ ਨਾਲ ਇਹਦੇ ਟੈਸਲਸ ਹੋਣਗੇ ਸੇਮ ਕਲਰ ਦੇ,
ਢਾਈ ਮੀਟਰ ਦਾ ਦੁਪੱਟਾ ਹੈ, ਪ੍ਰਾਈਸ ਮਿਲੂਗਾ 2770 ਦੇ ਵਿੱਚ ਸੂਟ ਤੁਹਾਡੇ ਘਰ ਦਾ ਹੀ ਹੈ। ਇਹ ਵੀ ਮੋਡਲ ਦਾ ਹੀ ਹੈ, ਗ੍ਰੇ ਕਲਰ ਸਿੰਗਲ ਪੀਸ ਹੈ ਇਹ ਇਸ ਡਿਜ਼ਾਈਨ ਦੇ ਵਿੱਚ। ਠੀਕ ਹੈ, ਲਓ ਦੇਖੋ ਸਾਰੇ ਦੇ ਵਿੱਚ ਵਰਕ, ਸਾਰੇ ਦੇ ਵਿੱਚ ਥਰੈਡ ਵਰਕ ਹੋਇਆ ਹੋਇਆ ਪੂਰੀ ਸ਼ਰਟ ਦੇ ਉੱਤੇ, ਉੱਪਰੋਂ ਲੈ ਕੇ ਨੀਚੇ ਘੇਰੇ ਤੱਕ ਸੇਮ ਕਲਰ ਦਾ ਬੇਸ ਕਲਰ ਦਾ ਵਰਕ ਹੈ, ਅਤੇ ਫਿਰ ਨੀਚੇ ਆ ਕੇ ਇਹ ਪ੍ਰਿੰਟ ਦੇ ਉੱਤੇ ਹੈਂਡ ਵਰਕ ਦਾ ਹਾਈਲਾਈਟ। ਦੇਖੋ ਇੱਥੇ ਵੀ ਸਿੱਪੀ ਵਰਕ, ਇੱਥੇ ਵੀ ਸਾਰਾ ਆਰੀ ਵਰਕ ਵੀ ਹੋਇਆ ਹੋਇਆ ਸਿੱਪੀ ਵਰਕ ਹੀ, ਫਿਰ ਨੀਚੇ ਜਾ ਕੇ ਦੁਬਾਰਾ ਸੇਮ ਕਲਰ ਦਾ ਵਰਕ ਹੈ। ਤੁਹਾਨੂੰ ਮੈਂ ਇਹਦਾ ਨੀਚਲੇ ਪਾਸੇ ਦਿਖਾਉਂਦੀ ਹਾਂ, ਦੇਖੋ ਸਾਰਾ ਹੈਂਡ ਵਰਕ ਆ ਜਿਹੜਾ ਤੁਹਾਨੂੰ ਮੋਟੇ ਮੋਟੇ ਥਰੈਡ ਲੱਗਿਆ ਦਿਸਦਾ ਸਾਰਾ ਇਹ ਹੈਂਡ ਵਰਕ ਹੋਇਆ ਹੋਇਆ, ਅਤੇ ਪਿੱਠੇ ਪਾਸੇ ਵੀ ਲਿਸ਼ਕਦਾ, ਪੁੱਠੇ ਪਾਸੇ ਵੀ ਸੂਟ ਲਿਸ਼ਕਦਾ, ਸਿੱਧੇ ਤਾਂ ਲਿਸ਼ਕਣਾ ਹੀ ਹੈ। ਅਤੇ ਆਹ ਤੁਹਾਨੂੰ ਮਿਲੂ ਇਹਦਾ ਬੋਟਮ, ਠੀਕ ਹੈ, ਫਲੋ ਦੇਖੋ ਕੱਪੜੇ ਦਾ, ਮੋਡਲ ਦਾ ਸੂਟ ਮੋਡਲ ਸਿਲਕ ਦਾ, ਅਤੇ ਨਾਲ ਮੋਡਲ ਦਾ ਹੀ ਮਿਲੂ ਦੁਪੱਟਾ, ਦੁਪੱਟਾ ਤੁਹਾਨੂੰ ਖੋਲ ਕੇ ਦਿਖਾਉਂਦੇ ਹਾਂ। ਬੋਟਮ ਇਹਨਾਂ ਦੇ 3 ਮੀਟਰ ਦੇ ਸਾਰਿਆਂ ਦੇ, ਅਤੇ ਸ਼ਰਟ ਹੈਗੀਆਂ 2.5 ਮੀਟਰ। ਲਓ ਜੀ ਦੇਖੋ ਆਹ ਤੁਹਾਨੂੰ ਮਿਲੂ ਦਾ ਪ੍ਰਿੰਟ, ਠੀਕ ਹੈ, 2.5 ਮੀਟਰ ਦਾ ਸੂਟ ਹੋਊਗਾ, ਸੋਰੀ ਦੁਪੱਟਾ ਹੋਊਗਾ, ਅਤੇ ਨਾਲ ਆਹ ਇਹਦੀ ਲੇਸ ਲੱਗੀ ਹੈ ਸਿਰਫ ਲੜਾ 'ਤੇ, ਕੰਨੀਆਂ ਇਹਦੀਆਂ ਖਾਲੀ ਹੈ, ਤੁਸੀਂ ਜਿਵੇਂ ਮਰਜ਼ੀ ਆਪਣੀ ਮਰਜ਼ੀ ਦਾ ਬਣਾ ਸਕਦੇ। ਅਤੇ ਪ੍ਰਾਈਸ ਮਿਲ ਰਿਹਾ ਤੁਹਾਨੂੰ ਇਹਦਾ ਵੀ 2770, ਠੀਕ ਹੈ ਜੀ। ਲਓ ਜੀ ਅਗਲਾ ਦੇਖੋ, ਰਾਮ ਟੈਕਸ ਦਾ ਸੂਟ ਹੈ, ਏਅਰਕੂਲ ਫੈਬਰਿਕ ਹੈ, ਹਾਂਜੀ ਠੀਕ ਹੈ, ਏਅਰਕੂਲ ਫੈਬਰਿਕ। ਮੈਂ ਤੁਹਾਨੂੰ ਦੱਸਿਆ ਇਹਨਾਂ ਦਾ ਕੈਮਰਿਕ ਤੋਂ ਥੋੜ੍ਹਾ ਜਿਹਾ ਹੋਰ ਸਪੀਰੀਅਰ ਹੋ ਜਾਂਦਾ, ਬਹੁਤ ਸਪੀਰੀਅਰ ਫੈਬਰਿਕ ਹੁੰਦਾ, ਕੋਈ ਲਾਈਨਿੰਗ ਨਹੀਂ ਲੱਗਣੀ, ਕੋਈ ਸੀ ਥੋੜ੍ਹੀ ਹੁੰਦਾ। ਅਤੇ ਆਹ ਗਲੇ ਦੇ ਉੱਤੇ ਡਿਜ਼ਾਇਨਿੰਗ ਮਿਲੂਗੀ ਤੁਹਾਨੂੰ ਆਰੀ ਵਰਕ ਦੇ ਨਾਲ, ਨਾਲ ਸਿੱਪੀ ਵਰਕ ਹੋਇਆ ਹੋਇਆ, ਠੀਕ ਹੈ, ਸਾਰੇ ਇਹਦੇ ਵਿੱਚ ਵੀ ਸਿੱਪੀ ਵਰਕ ਹੈ। ਪ੍ਰਿੰਟਿੰਗ ਬਹੁਤ ਸੋਹਣੀ ਹੋਈ ਹੈ, ਛੋਟਾ ਪ੍ਰਿੰਟ ਕਲਰਫੁੱਲ ਜਿਹਾ, ਠੀਕ ਹੈ, ਅਤੇ ਨਾਲ ਤੁਹਾਨੂੰ ਘੇਰੇ ਦੇ ਉੱਤੇ ਆਹ ਘੁੱਗੀਆਂ ਦਾ ਡਿਜ਼ਾਇਨ, ਅਤੇ ਇਹਦਾ ਵੀ ਤੁਹਾਨੂੰ ਘੇਰੇ ਦਾ ਕੋਈ ਇਸ਼ੂ ਨਹੀਂ ਹੋਣਾ, ਕਿਉਂਕਿ ਇਹ ਤੁਹਾਨੂੰ 6 ਮੀਟਰ ਫੈਬਰਿਕ ਦੇਵਾਂਗੇ ਆਪਾਂ। ਰਾਮ ਟੈਕਸ ਕਦੇ ਕਦੇ 6 ਮੀਟਰ ਦੇਣ ਲੱਗ ਗਿਆ, ਹੁਣ ਪਹਿਲਾਂ ਨਹੀਂ ਸੀ ਦਿੰਦਾ ਆਰਟੈਕਸ ਦੇ ਕੰਪੀਟੀਸ਼ਨ 'ਚ। ਲਓ ਜੀ 30 ਤੱਕ ਦਾ ਇਹਦੇ ਵਰਕ ਹੈ, ਤੁਸੀਂ ਪਲੱਸ ਆਰਾਮ ਨਾਲ ਹੋਰ ਲੈ ਸਕਦੇ ਜਿੰਨਾ ਮਰਜ਼ੀ। ਅਤੇ ਨਾਲ ਸਿੱਪੀ ਵਰਕ ਅਤੇ ਆਰੀ ਵਰਕ ਸਾਰੇ 'ਤੇ ਹੋਇਆ, ਪਲੱਸ ਥੋੜ੍ਹਾ ਥੋੜ੍ਹਾ ਟੱਚ ਗੋਟਾ ਪੱਤੀ ਦਾ ਵੀ ਦਿੱਤਾ ਹੋਇਆ, ਠੀਕ ਹੈ। ਅਤੇ ਆਹ ਤੁਹਾਨੂੰ ਮਿਲ ਰਿਹਾ ਸੂਟ, ਅਤੇ ਨਾਲ ਤੁਹਾਨੂੰ ਮਿਲੂ ਇਹਦੇ ਇਹ ਵਾਲਾ ਬੋਟਮ, ਪੈਟਰੋਲ ਪੈਟਰੋਲ ਕਲਰ ਹੈ, ਪੈਟਰੋਲ ਬਲੂ ਜਿਹਾ ਕਲਰ ਹੈ। ਅਤੇ ਆਹ ਤੁਹਾਨੂੰ ਮਿਲੂਗਾ ਬਾਹਾਂ ਦਾ, ਠੀਕ ਹੈ ਜੀ, ਅਲੱਗ ਤੋਂ ਤੁਹਾਨੂੰ ਇਹ ਮਿਲਣਾ ਜੀ 6 ਮੀਟਰ ਫੈਬਰਿਕ, ਠੀਕ ਹੈ, ਰਾਮ ਟੈਕਸ ਬ੍ਰਾਂਡ ਦਾ। ਅਤੇ ਨਾਲ ਤੁਹਾਨੂੰ ਦਿੰਦੇ ਹਾਂ ਇਹਦੇ ਦੁਪੱਟਾ ਮਸਲੀਨ ਦਾ। ਲਓ ਜੀ ਬਹੁਤ ਪਿਆਰੀ ਆਈਟਮ ਹੈ, ਲਓ ਦੇਖੋ ਕਿੰਨੀ ਸੋਹਣੀ ਲੁੱਕ ਆਉਣੀ ਹੈ। ਅਤੇ ਖੁੱਲ੍ਹਾ 2.5 ਮੀਟਰ ਦਾ ਦੁਪੱਟਾ, ਅਤੇ ਨਾਲ ਲੇਸ ਲਾ ਕੇ ਫਾਈਨਲ ਕੀਤਾ ਹੈ, ਤੁਸੀਂ ਬਸ ਕੋਈ ਵਾਲਾ ਖਰਚਾ ਨਹੀਂ ਕਰਨਾ, ਬਸ ਪੈਸੇ ਜਾਂ ਰਾਮ ਟੈਕਸ ਨੂੰ ਦੇ ਤੇ ਲਿਜਾਂ ਦੇ ਤੇ, ਟੇਲਰ ਵਾਸਤੇ ਕੋਈ ਵਾਲਾ ਖਰਚਾ ਛੱਡਿਆ ਨਹੀਂ। ਸੈਕਿੰਡ ਕਲਰ ਬਲੈਕ, ਸੈਕਿੰਡ ਕਲਰ ਦਾ ਬਲੈਕ, ਠੀਕ ਹੈ, ਲੁੱਕ ਦੇਖੋ ਬਹੁਤ ਪਿਆਰੀ ਲੁੱਕ ਆਉਣੀ ਹੈ। ਬਰੀਕ ਜਿਹਾ ਪ੍ਰਿੰਟ, ਅਤੇ ਉਹ ਕਲਰਫੁੱਲ ਜਿਹਾ, ਅਤੇ ਉੱਤੇ ਆ ਬਰੀਕ ਗਲੇ ਦੇ ਉੱਤੇ, ਅਤੇ ਨੀਚੇ ਤੁਹਾਨੂੰ ਵਰਕ ਮਿਲ ਰਿਹਾ, ਲਸ਼ ਲਸ਼ ਕਰਦਾ ਵਰਕ ਹੈ ਸਿੱਪੀ ਦਾ। ਅਤੇ ਨਾਲ ਇਹ ਤੁਹਾਨੂੰ ਮਿਲਣਾ ਦੁਪੱਟਾ, ਅਤੇ ਪ੍ਰਾਈਸ ਮਿਲਣਾ ਤੁਹਾਨੂੰ ਸਿਰਫ 2370 ਦੇ ਵਿੱਚ ਸੂਟ ਤੁਹਾਡੇ ਘਰ। ਲਓ ਜੀ ਆਹ ਇਕਲੌਤਾ ਹੈ, ਤੁਹਾਨੂੰ ਦਿਖਾ ਦਿੰਦੀ ਹਾਂ, ਇਹ ਵੀ ਗਲੇਸ ਆ, ਇਹ ਵੀ ਗਲੇਸ ਦੀ ਹੈ, ਅਤੇ ਰਾਮ ਟੈਕਸ ਦੀ ਗਲੇਸ ਹੈ ਵੀ। ਪਹਿਲਾਂ ਤਾਂ ਪ੍ਰਿੰਟ ਦੇਖੋ ਕਿੰਨਾ ਸੋਹਣਾ ਇਹਦਾ, ਵਿਦਆਊਟ ਲਾਈਨਿੰਗ ਬਣਨਗੇ ਇਹ ਵੀ ਸੂਟ, ਸਿਰਫ ਮੋਡਲ ਨੂੰ ਜ਼ਰੂਰਤ ਪੈਂਦੀ ਹੈ ਲਾਈਨਿੰਗ ਦੀ, ਹੋਰ ਤਾਂ ਕਿਸੇ ਫੈਬਰਿਕ ਨੂੰ ਜ਼ਰੂਰਤ ਨਹੀਂ ਪੈਂਦੀ। ਲਓ ਜੀ ਆ ਲਓ ਦੇਖੋ ਬਹੁਤ ਪਿਆਰਾ ਵਰਕ ਹੈ ਇਹਦੇ 'ਤੇ,
ਪਹਿਲਾਂ ਤਾਂ ਫੈਬਰਿਕ ਬਹੁਤ ਸੋਹਣਾ ਤੇ ਉਹਦੇ ਤੇ ਪ੍ਰਿੰਟਿੰਗ ਵੀ ਬਹੁਤ ਪਿਆਰੀ ਹੈ, ਹਰ ਏਜ ਗਰੁੱਪ ਕਵਰ ਕਰਦਾ। ਇਸ ਤਰ੍ਹਾਂ ਦੀ ਪ੍ਰਿੰਟਿੰਗ ਤੇ ਕਲਰ ਹੈ ਇਹਦਾ, ਗੋਲਡਨ ਜਾਂ ਕਲਰ ਹੈ, ਗੋਲਡਨ ਮਸਟਰਡ ਜਾਂ। 27 ਹੈ ਇਹ ਟੋਟਲ, ਪਰ ਇੱਧਰ ਕਾਰਨਰ ਆ ਗਿਆ ਤਾਂ ਤੁਸੀਂ ਲਾ ਲਓ 26 ਤੱਕ ਤੁਹਾਡਾ ਘੇਰਾ ਫਿਰ ਵੀ ਰੈਡੀ ਹੋ ਜੂਗਾ, ਠੀਕ ਹੈ। ਤੇ ਆਹ ਤੁਹਾਨੂੰ ਮਿਲਣਾ ਹੈ ਇਹਦੇ ਉੱਤੇ ਥਰੈਡ ਵਰਕ ਪੂਰਾ ਗੱਡਵਾਂ, ਠੀਕ ਹੈ। ਤੇ ਫਿਰ ਆਹ ਹਲਕਾ ਕਲਰਫੁੱਲ ਵਰਕ ਆ ਗਿਆ, ਔਰਗੈਂਜ਼ਾ ਰੱਖ ਕੇ ਲੱਗਿਆ ਹੋਇਆ, ਅਤੇ ਫਿਰ ਫੇਰ, ਠੀਕ ਹੈ। ਅਤੇ ਨਾਲ ਤੁਹਾਨੂੰ ਮਿਲੂ ਇਹਦੇ ਆਹ ਪੜ੍ਹੀ ਲਿਖੀ ਜੀ ਬੋਟਮ ਦਾ ਪ੍ਰਿੰਟ, ਅਤੇ ਨਾਲ ਮਿਲੂ ਇਹਦੇ ਤੁਹਾਨੂੰ ਇਹ ਦੁਪੱਟਾ। ਇਹ ਉਦੋਂ ਵੱਧ ਡਿਗਰੀਆਂ ਕੀਤੀਆਂ ਹੋਈਆਂ ਨੇ, ਇਹ ਉਦੋਂ ਸੋਹਣਾ ਹੈ। ਲਓ ਜੀ ਦੇਖੋ, ਵੈਰੀ ਐਲੀਗੈਂਟ ਚਿਨੋਨ ਦਾ ਦੁਪੱਟਾ, ਪੂਰਾ ਐਨ ਲਸ਼ ਲਸ਼ ਕਰਦਾ, ਠੀਕ ਹੈ। ਲਓ ਦੇਖੋ, ਅਤੇ ਨਾਲ ਉਹਨੂੰ ਲੱਗੀ ਵੀ ਹੈ ਕੋਟਨ ਦੀ ਲੇਸ, ਠੀਕ ਹੈ। ਬਹੁਤ ਪਿਆਰੀ ਲੁੱਕ ਆਉਣੀ ਹੈ ਸੂਟ ਦੀ, ਬਹੁਤ ਪਿਆਰੀ। ਦੇਖੋ ਪੂਰਾ 2.5 ਮੀਟਰ ਦਾ ਦੁਪੱਟਾ ਹੁੰਦਾ, ਜਿਵੇਂ ਮਰਜ਼ੀ ਤੁਸੀਂ ਖੁੱਲ੍ਹਾ ਡੁੱਲਾ ਦੁਪੱਟਾ ਲਓ। ਪ੍ਰਾਈਸ ਮਿਲੂਗਾ ਤੁਹਾਨੂੰ ਇਹਦਾ 2490 ਰੁਪਏ, 2490 ਦੇ ਵਿੱਚ ਸੂਟ ਤੁਹਾਡੇ। ਹੁਣ ਆਪਾਂ ਤੁਹਾਨੂੰ ਕੁਛ ਰਾਮਟੈਕਸ ਦੇ ਪ੍ਰਿੰਟਡ ਮਸਲੀਨ ਦੇ ਸੂਟ ਦਿੰਦੇ ਹਾਂ। ਮੈਂ ਤੁਹਾਨੂੰ ਦੱਸਿਆ ਵੀ ਰਾਮਟੈਕਸ ਦੀ ਮਸਲੀਨ ਬਿਲਕੁਲ ਕਰੇਪ ਵਰਗੀ ਹੁੰਦੀ ਹੈ, ਬਹੁਤ ਸੋਹਣੀ, ਮਤਲਬ ਆਮ ਬੰਦੇ ਨੂੰ ਪਛਾਣ ਵੀ ਨਹੀਂ ਆਉਂਦੀ ਵੀ ਇਹ ਕਰੇਪ ਹੈ ਕਿ ਮਸਲੀਨ ਹੈ, ਇੰਨਾ ਪਿਆਰਾ ਫੈਬਰਿਕ ਹੁੰਦਾ ਹੈ, ਠੀਕ ਹੈ। ਦੇਖੋ ਇਹ 3.5 ਮੀਟਰ ਦਾ, ਹਾਂ ਇਹ 3.5 ਮੀਟਰ ਫੈਬਰਿਕ ਹੋਊਗਾ ਵੱਡੇ ਪਾਣੀ ਦਾ, ਠੀਕ ਹੈ। ਅਤੇ ਆਹ ਇਹਦਾ 'ਚ ਪ੍ਰਿੰਟ ਦੇਖੋ, ਇਹ ਹੈਗਾ ਜੀ ਕਲਰ ਸੁਰਮਈ, ਹਾਂਜੀ ਹੈ ਨਾ, ਸੁਰਮਈ ਜਿਹਾ ਕਲਰ ਹੈ ਅਤੇ ਆਲ ਓਵਰ ਹੈ। ਅਤੇ ਮੈਨੂੰ ਐਂ ਲੱਗਦਾ ਵੀ ਸ਼ਾਇਦ ਇਹ ਬਿਨਾਂ ਲਾਈਨਿੰਗ ਤੋਂ ਹੀ ਬਣ ਗਈ, ਤੁਸੀਂ ਬਾਕੀ ਤੁਹਾਡਾ ਟੇਲਰ ਦੱਸ ਦੂੰ। ਬੋਟਮ ਨੂੰ ਤਾਂ ਬਿਲਕੁਲ ਵੀ ਨਹੀਂ ਲੋੜ, ਜੇ ਜ਼ਿਆਦਾ ਹੀ ਤੁਹਾਡਾ ਟੇਲਰ ਕਹੂਗਾ ਤਾਂ ਤੁਸੀਂ ਸ਼ਰਟ ਨੂੰ ਲਵਾ ਲਿਓ, ਪਰ ਮੈਨੂੰ ਐਂ ਲੱਗਦਾ ਫਲਾ ਕੇ ਵੀ ਸ਼ਾਇਦ ਇਹਨੂੰ ਨਾ ਲੋੜ ਪਵੇ। ਬਹੁਤ ਪਿਆਰਾ ਕਲਰ, ਬਹੁਤ ਖੂਬਸੂਰਤ, ਅਤੇ ਫੈਬਰਿਕ ਵੀ ਏ ਕਲਾਸ, ਅਤੇ ਨਾਲ ਇਹਦੇ ਦੁਪੱਟਾ ਦਿਖਾਉਣੇ ਤੁਹਾਨੂੰ, ਮਸਲੀਨ ਦਾ ਮੁਡਾਲ ਦਾ ਦੁਪੱਟਾ ਇਹਦੇ ਨਾਲ, ਦੇਖੋ ਮੁਡਾਲ ਦੇ ਦੁਪੱਟੇ ਨਾਲ ਹੈ, ਮਸਲੀਨ ਨਾਲ ਨਹੀਂ ਇਹ, ਦੇਖੋ। ਅਤੇ ਉਹ ਵੀ ਇੰਨਾ ਖੂਬਸੂਰਤ, ਦੇਖੋ ਪਹਿਲਾਂ ਤਾਂ ਪ੍ਰਿੰਟਿੰਗ ਦੇਖੋ ਇਹਦੀ ਤੁਸੀਂ ਕਿੰਨੀ ਸੋਹਣੀ ਹੈ, ਬਾਰਡਰ ਬਣੀ ਵੀ ਹੈ ਦੇਖੋ, ਠੀਕ ਹੈ। ਬਹੁਤ ਖੂਬਸੂਰਤ, ਬਹੁਤ ਪੜ੍ਹਿਆ ਲਿਖਿਆ ਦੁਪੱਟਾ ਲਾਇਆ ਨਾਲ, ਦੇਖੋ ਸੈਂਟਰ 'ਚ ਇਹ ਪ੍ਰਿੰਟ, ਫਿਰ ਥੋੜ੍ਹਾ ਜਿਹਾ ਬਾਰਡਰ ਦੇ ਉੱਤੇ ਫਿਰ ਪ੍ਰਿੰਟ ਸੇਮ ਦਾ। ਅਤੇ 2.5 ਮੀਟਰ ਦਾ ਦੁਪੱਟਾ ਹੋਊਗਾ, ਪਰ ਇਹਨੂੰ ਕੁਛ ਨਹੀਂ ਲੱਗਿਆ ਹੋਇਆ, ਤੁਸੀਂ ਆਪਣਾ ਲਵਾ ਸਕਦੇ ਹੋ ਬਾਅਦ 'ਚ। ਅਤੇ ਤੁਹਾਨੂੰ ਇਹਦਾ ਪ੍ਰਾਈਸ ਮਿਲੂਗਾ 1870 ਦੇ ਵਿੱਚ, ਜਸਟ ਪਿੱਕ ਆਈਟਮ ਹੈ, ਸੋਚਿਓ ਵੀ ਨਾ ਇੱਕ ਮਿੰਟ। ਤੁਹਾਨੂੰ ਇਹਦਾ ਅਗਲਾ ਕਲਰ ਦਿਖਾ ਦਾ ਮੈਂ, ਪੈਸੋ ਨਾਲ ਦੀ ਨਾਲ ਇੱਕ ਤੋਂ ਦੂਜੇ 'ਤੇ ਸ਼ਿਫਟ ਹੋ ਜਾਓ। ਮੈਂ ਤੁਹਾਨੂੰ ਸਾਡੇ 'ਤੇ ਯਕੀਨ ਕਰ ਲਿਓ, ਤੁਸੀਂ ਬਹੁਤ ਏ ਕਲਾਸ ਆਈਟਮ ਭੇਜਣ ਵਾਲੇ ਹਾਂ ਅਸੀਂ ਤੁਹਾਡੇ ਕੋਲ, ਪੂਰਾ ਐਨ ਲਸ਼ ਲਸ਼ ਕਰਦਾ ਸੂਟ ਆਊਗਾ ਤੁਹਾਡੇ ਕੋਲ। ਜੇ ਤੁਸੀਂ ਪਹਿਲਾਂ ਸਾਡੇ ਤੋਂ ਸੂਟ ਨਹੀਂ ਵੀ ਲਿਆ ਨਾ, ਤਾਂ ਵੀ ਤੁਸੀਂ ਸਾਡੇ 'ਤੇ ਭਰੋਸਾ ਕਰ ਲਿਓ, ਜੋ ਅਸੀਂ ਤੁਹਾਨੂੰ ਚੀਜ਼ ਦੱਸ ਰਹੇ ਹਾਂ ਉਹੀ ਆਊਗੀ, ਮੋਡਾਲ ਦੇ ਦੁਪੱਟੇ ਨਾਲ। ਦੇਖੋ ਲੁੱਕ ਸੂਟ ਦੀ, ਅਤੇ ਕਲਰ ਇਹਦਾ ਤੁਸੀਂ ਨੋਟ ਕਰ ਲਓ ਕਿਹੜਾ ਹੈ, ਲਓ ਠੀਕ ਹੈ। ਦੇਖੋ ਖੁੱਲ੍ਹਾ 2.5 ਮੀਟਰ ਦਾ ਦੁਪੱਟਾ, ਕਲਰ ਕਿਹੜਾ ਕਹੋਗੇ ਆਪਾਂ, ਠੀਕ ਆ ਬਸ ਠੀਕ ਆ ਗਿਆ ਤੁਹਾਡੇ ਕੋਲ, ਠੀਕ ਹੈ। ਜਿਹੜਾ ਮਰਜ਼ੀ ਏਜ ਗਰੁੱਪ ਹੈ, ਦਾਦੀ ਨਾਨੀ ਕੁੜਮਾਚਾਰੀ ਦੇਣ ਵਾਲੀਆਂ ਆਈਟਮਾਂ ਨੇ। ਪ੍ਰਾਈਸ ਹੈ ਸਿਰਫ 1870 ਲਓ ਜੀ। ਅਗਲਾ ਦੇਖੋ, ਬਹੁਤ ਹੀ ਪੜ ਗਿਆ ਇਹ ਤਾਂ, ਬਹੁਤ ਹੀ ਜ਼ਿਆਦਾ ਪਿਆਰਾ ਹੈ, ਬਹੁਤ ਸੋਹਣਾ। ਜਿਹੜੇ ਇਹਦੇ 'ਚ ਕਲਰ ਜਿਹੇ ਦਿਖਦੇ ਆ ਨਾ ਥੋੜ੍ਹੇ ਥੋੜ੍ਹੇ, ਉਹ ਇਹਨੂੰ ਬਹੁਤ ਸੋਹਣੀ ਲੁੱਕ ਦੇ ਰਹੀ ਹੈ ਸੂਟ, ਉਹ ਬਹੁਤ ਪਿਆਰਾ ਲੱਗਣਾ ਸੂਟ ਬਣ ਕੇ, ਏ ਕਲਾਸ ਜਿਹਾ। ਅਤੇ ਨਾਲ ਇਹਦਾ ਆਹ ਦੁਪੱਟਾ ਲਓ ਜੀ, ਦੇਖੋ ਦੁਪੱਟਾ ਦੇਖੋ, ਬਹੁਤ ਸੋਹਣੀ ਲੁੱਕ ਹੈ, ਮਿੱਠੀ ਮਿੱਠੀ ਜੀ, ਜਿਹੜੀ ਕਲਰਫੁੱਲ ਜੀ ਪ੍ਰਿੰਟਿੰਗ ਹੋਈ ਵੀ ਹੈ ਨਾ ਵਿੱਚ, ਆਹ ਟਾਈ ਡਾਈ ਟਾਈਪ, ਇਹਨੇ ਬਹੁਤ ਪਿਆਰੀ ਲੁੱਕ ਦਿੱਤੀ ਹੈ ਇਹਨੂੰ। ਅਤੇ ਤੁਸੀਂ ਕਿਨਾਰੀ ਆਪਣੀ ਮਰਜ਼ੀ ਦੀ ਲਵਾ ਲਿਓ,
ਰਨਿੰਗ ਦੇ ਵਿੱਚ 3.5 ਮੀਟਰ ਦਾ ਸੂਟ ਹੈ, 2.5 ਮੀਟਰ ਦੇ ਦੁਪੱਟੇ ਨਾਲ, ਸਿਰਫ 1870 ਦੇ ਵਿੱਚ। 70 ਲਓ ਜੀ। ਅਗਲਾ ਦੇਖੋ, ਪ੍ਰਿੰਟ ਨੋਟ ਕਰ ਲਓ, ਬਹੁਤ ਪਿਆਰੀ ਪ੍ਰਿੰਟਿੰਗ ਹੈ, ਇੱਦਾਂ ਨੂੰ ਕਰਦੀ ਹਾਂ। ਹਾਂ ਆਈ, ਠੀਕ ਹੈ। ਲਓ ਜੀ, ਕਲਰ ਹੈਗਾ ਇਹਦਾ, ਨੋਟ ਕਰ ਲਓ, ਚਾਰਕੋਲ ਟਾਈਪ ਜਿਹਾ, ਹੈ ਨਾ, ਗ੍ਰੇ ਜਿਹਾ ਹੀ ਹੈ, ਗ੍ਰੇ ਮਾਊਸ ਜਿਹਾ ਕਲਰ ਹੈ, ਬਸ ਨੋਟ ਕਰ ਲਓ ਤੁਸੀਂ, ਠੀਕ ਆ ਗਿਆ ਤੁਹਾਡੇ ਕੋਲ। ਅਤੇ ਪ੍ਰਿੰਟਿੰਗ ਦੇਖੋ, ਬਹੁਤ ਖੂਬਸੂਰਤ ਪ੍ਰਿੰਟਿੰਗ ਹੋਈ ਹੈ। ਪਹਿਲਾਂ ਵੀ ਅਸੀਂ ਮੱਲਾ ਦਾ ਇਸ ਟਾਈਪ ਦੇ ਕਦੇ ਤੁਹਾਨੂੰ ਮਸਲੀਨ ਦੇ ਦਿੱਤੇ ਹੈ, ਪਰ ਉਹ ਸੇਮ ਤਾਂ ਨਹੀਂ ਸੀਗੇ, ਬਟ ਮੈਨੂੰ ਟਿੱਕ ਵੀ ਨਹੀਂ ਲੱਗਦਾ ਇਹਨਾਂ ਨੂੰ ਨਿਕਲਣ ਨੂੰ। ਲਓ, ਇਸ ਕਰਕੇ ਜਦੋਂ ਦੇਖਦੇ ਹੋ ਨਾਲ ਦੀ ਨਾਲ ਹੀ ਪਿੱਕ ਕਰ ਲਿਓ। ਪਰ ਮੈਂ ਤੁਹਾਨੂੰ ਇਹ ਦੱਸਦਾ ਵੀ ਜੇ ਤੁਸੀਂ ਕਿਸੇ ਨੂੰ ਗਿਫਟ ਕਰੋਗੇ ਤਾਂ ਬੰਦਾ ਇਸ ਨੂੰ ਕਰੇਪ ਦੇ ਸੂਟ ਵਾਂਗੂ ਸਮਝੂਗਾ, ਇੰਨਾ ਪਿਆਰਾ ਫੈਬਰਿਕ ਆਉਣਾ ਤੁਹਾਡੇ ਕੋਲ, ਠੀਕ ਹੈ। ਨੈਕਸਟ ਲਓ ਜੀ, ਅਗਲਾ ਦੇਖੋ, ਮਿੱਠਾ ਮਿੱਠਾ ਕਲਰ ਅਤੇ ਮਿੱਠੀ ਮਿੱਠੀ ਪ੍ਰਿੰਟਿੰਗ। ਕਿਹੜਾ ਕਲਰ ਕਹੋਗੇ ਆਪਾਂ ਇਹਨੂੰ, ਹੁਣ ਇਹ ਕਹਿਣਾ ਬਹੁਤ ਔਖਾ ਹੈ, ਕਿਹੜਾ ਕਹੀਏ। ਲਾਈਟ ਸਟੀਲ ਗ੍ਰੇਜਾ ਹੈ, ਥੱਲੇ ਸਟੀਲ ਗ੍ਰੇਜਾ ਟਾਈਪ ਦਿਖਦਾ ਹੈ, ਹਾਂਜੀ, ਹਲਕਾ ਜਿਹਾ ਗ੍ਰੇ ਦਿਖਦਾ, ਅਤੇ ਉਹਦੇ ਵਿੱਚ ਗ੍ਰੇ ਦਾ ਹੀ ਪ੍ਰਿੰਟਿੰਗ ਹੈ ਅਤੇ ਵਿੱਚ ਇੱਕ ਪਿੰਕ ਪ੍ਰਿੰਟਿੰਗ ਦਿਖ ਰਹੀ ਹੈ ਤੁਹਾਨੂੰ, ਠੀਕ ਹੈ। ਬਹੁਤ ਖੂਬਸੂਰਤ 3.5 ਮੀਟਰ ਸੂਟ। ਅਤੇ ਆਹ ਲਓ ਜੀ, ਮੇਰਾ ਨਾ ਜੀ ਕਰਦਾ ਮੈਂ ਇੱਕ ਬੰਦੇ ਦਾ ਨਾਂ ਲੈਂਦੇ ਹਾਂ ਵੀ ਇਹ ਕਿਹਦੀ ਚੋਇਸ ਹੈ, ਡਾਕਟਰ ਸੁਖਮੀਤ ਮੋਗਾ, ਇਹ ਉਹਨਾਂ ਦੀ ਚੋਇਸ ਦੇ ਸੂਟ ਹੈ। ਲਓ ਜੀ ਦੇਖੋ, ਜਸਟ ਪਿੱਕ ਨੇ ਸਾਰੇ, ਜਸਟ ਪਿੱਕ, ਮੋਗਾ ਤੋਂ ਡਾਕਟਰ ਸੁਖਮੀਤ ਦੇਖ ਰਹੇ ਹੋਣੇ ਆ, ਇਹ ਤੁਹਾਡੀ ਚੋਇਸ ਦੇ ਸੂਟ ਹੈ, ਮੈਨੂੰ ਪੱਕਾ ਪਤਾ। ਲਓ ਜੀ, ਡਾਕਟਰ ਸੁਖਮੀਤ ਸਾਡੇ ਨਾਲ ਬਹੁਤ ਪੁਰਾਣੇ ਜੁੜੇ ਹੋਏ ਨੇ ਅਤੇ ਕੰਟੀਨਿਊਸਲੀ ਜੁੜੇ ਹੋਏ ਨੇ, ਬਹੁਤ ਦੇਰ ਤੋਂ, ਜਦੋਂ ਤੋਂ ਅਸੀਂ ਆਨਲਾਈਨ ਕੰਮ ਕਰਨ ਲੱਗੇ ਹਾਂ। ਲਓ ਜੀ, ਅਗਲਾ ਦੇਖ ਲਓ, ਉਸਦਾ ਹੀ ਸੈਕਿੰਡ ਕਲਰ ਹੈ, ਇਹਦੇ ਵਿੱਚ ਸਟੀਲ ਗ੍ਰੇ ਦੇ ਉੱਤੇ ਪਿੰਕ ਦੀ ਥਾਂ 'ਤੇ ਔਰੇਂਜ ਹੈ, ਬਾਕੀ ਤਾਂ ਕਲਰ ਲਗਭਗ ਉਹੋ ਜਿਹਾ ਹੀ ਹੈ। ਅਤੇ ਆ ਇਹਦਾ ਖੂਬਸੂਰਤ ਦੁਪੱਟਾ, ਦੁਪੱਟੇ ਦੀ ਖੂਬਸੂਰਤੀ ਆ, ਲਾਈਨਸ ਨਾਲ ਬਹੁਤ ਸੋਹਣੀ ਆ ਰਹੀ ਹੈ, ਮਤਲਬ ਨੋਰਮਲ ਨਾਲੋਂ ਹਟ ਕੇ ਪ੍ਰਿੰਟਿੰਗ ਹੈ ਇਹਨਾਂ ਦੁਪੱਟਿਆਂ ਦੀ, ਨਾ ਸਰਦਾਰੀ ਇਲੀਟ ਕਲਾਸ ਲੁੱਕ ਆ ਜਾਂਦੀ ਹੈ ਜਦੋਂ ਤੁਹਾਡੀ ਪ੍ਰਿੰਟਿੰਗ ਬਿਊਟੀਫੁੱਲ ਹੁੰਦੀ ਹੈ। ਅਤੇ ਮੋਡਲ ਦੇ ਦੁਪੱਟੇ ਨੇ ਇੰਨੇ ਪਿਆਰੇ ਪਿਆਰੇ ਨਾਲ, ਠੀਕ ਹੈ, 2.5 ਮੀਟਰ ਦੇ, ਅਤੇ ਕਿਨਾਰੀ ਤੁਸੀਂ ਆਪਣੀ ਮਰਜ਼ੀ ਦੀ ਲਵਾ ਸਕਦੇ ਹੋ, ਠੀਕ ਹੈ, ਪਿਓਰ ਮੋਡਲ ਦੇ ਦੁਪੱਟੇ ਹੋਣਗੇ ਨਾਲ। ਅਤੇ ਪ੍ਰਾਈਸ ਮਿਲ ਰਿਹਾ ਤੁਹਾਨੂੰ ਸਿਰਫ 1870, ਠੀਕ ਹੈ ਜੀ। ਸੋ ਇਹ ਸੀ ਸਾਡੀ ਅੱਜ ਦੀ ਕਲੈਕਸ਼ਨ, ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਕਲੈਕਸ਼ਨ ਪਸੰਦ ਆਈ ਹੋਊਗੀ। ਲਾਈਕ ਸ਼ੇਅਰ ਅਤੇ ਕਮੈਂਟ ਕਰਦੇ ਰਹਿਣਾ, ਬਹੁਤ ਛੇਤੀ ਆਪਾਂ ਫਰੀ ਦਾ ਸੂਟ ਤੁਹਾਡੇ ਘਰ ਭੇਜਣ ਲਈ ਲੱਕੀ ਡਰਾਅ ਕੱਢਾਂਗੇ ਅਤੇ ਜਲਦੀ ਹੀ ਸੂਟ ਭੇਜਾਂਗੇ। ਅਤੇ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ, ਧੀਆਂ ਭੈਣਾਂ ਦਾ ਮਾਣ ਵਧਾਓ, ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ, ਉਹ ਬਹੁਤ ਜ਼ਰੂਰੀ ਹੈ, ਠੀਕ ਹੈ ਜੀ। ਅਤੇ ਬਹੁਤ ਜਲਦੀ ਆਪਾਂ ਅਗਲੀ ਕਿਸੇ ਹੋਰ ਖੂਬਸੂਰਤ ਵਰਾਇਟੀ ਨਾਲ ਮਿਲਾਂਗੇ।